ਵਿਧਾਨ ਸਭਾ ਸਪੀਕਰ ਅੱਜ ਆਏ, ਏਸੀ ਨਹੀਂ ਚੱਲ ਰਹੇ, ਕਿਵੇਂ ਲੱਗਦਾ ਤੁਹਾਨੂੰ ਸਰਕਾਰ ਦਾ ਸਾਰ ਲੈ ਰਹੀ ਹੈ? ਹਾਂਜੀ, ਜੋ ਅਸੀਂ ਕੱਲ ਇੱਥੇ ਆਏ ਸੀ ਪੱਤਰਕਾਰ ਸਾਹਿਬ ਉਹਨਾਂ ਨੂੰ ਦੱਸਿਆ ਸੀ, ਉਹਨਾਂ ਦੇ ਕਹਿਣ ਖਬਰ ਸੁਣਨ ਤੇ ਸੰਦਮਾ ਸਾਹਿਬ ਆਏ ਆ ਤੇ ਇਹ ਜਿਹੜੀ ਪੰਜਾਬ ਸਰਕਾਰ ਆ ਉਹ ਸਾਡੀ ਹੁਣ ਸਾਰ ਲੈ ਰਹੀ ਹੈ। ਇਸ ਵੇਲੇ ਸਾਰੇ ਏਸੀ ਵੇਖ ਰਹੇ ਆ, ਬਾਥਰੂਮ ਵੇਖ ਰਹੇ ਆ, ਮਰੀਜ਼ਾਂ ਨੂੰ ਪੁੱਛ ਰਹੇ ਆ ਜੀ ਕੀ ਤਕਲੀਫ ਆ ਕੀ ਨਹੀਂ ਤਕਲੀਫ ਜੀ। ਇਹ ਸਾਨੂੰ ਵਿਸ਼ਵਾਸ ਦਵਾਉਂਦੇ ਆ ਜੀ ਵੀ ਅਸੀਂ ਇੱਕ ਦੋ ਦਿਨਾਂ 'ਚ ਜਿਹੜੀ ਗਰਮੀ ਦਾ ਮਸਲਾ ਇਹ ਹੱਲ ਕਰ ਦਿਆਂਗੇ। ਇੱਕ ਆਯੁਸ਼ਮਾਨ ਕਾਰਡ ਆ ਜਿਹੜਾ ਜੀ ਉਹਨਾਂ ਵਾਸਤੇ ਇਹਨਾਂ ਨੇ ਵਿਸ਼ਵਾਸ ਦਵਾਇਆ ਸਾਨੂੰ ਵੀ ਅਸੀਂ ਮੁਲਾਜ਼ਮ ਵਧਾ ਦਿਆਂਗੇ, ਆਯੁਸ਼ਮਾਨ ਕਾਰਡ ਸੌਖਾ ਹੋ ਜਾਊਗਾ ਤੇ ਗਰਮੀ ਬਾਰੇ ਵੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਇੱਕ ਦੋ ਦਿਨਾਂ 'ਚ ਮਸਲਾ ਹੱਲ ਹੋ ਜਾਊਗਾ। ਸਾਹਿਬ, ਕਿਸ ਤਰ੍ਹਾਂ ਅਸੀਂ ਨਿਊਜ਼ 18 ਦੇ ਬੜੀ ਪ੍ਰਮੁੱਖਤਾ ਨਾਲ ਖਬਰ ਵੀ ਚਲਾਈ ਕਿ ਏਸੀ ਨਹੀਂ ਚੱਲਦੇ ਕਿਉਂਕਿ ਸਰਕਾਰ ਸਾਰ ਲੈ ਰਹੀ ਹੈ, ਲੋਕ ਧੰਨਵਾਦ ਕਰ ਰਹੇ, ਲੇਕਿਨ ਪ੍ਰਸ਼ਾਸਨ ਇੱਥੋਂ ਦਾ ਹਜੇ ਬੇਖਬਰ, ਆਪ ਏਸੀ 'ਚ ਬੈਠੇ ਲੇਕਿਨ ਲੋਕ ਆ ਜਿਹੜੇ ਅਜੇ ਵੀ ਤੁਸੀਂ ਵੇਖੋ ਤੁਹਾਡੇ ਸਾਹਮਣੇ ਲੋਕ ਕਿੰਨੇ ਤਰ੍ਹਾਂ ਕਰ ਰਹੇ ਨੇ। ਦੇਖੋ, ਪਹਿਲੀ ਗੱਲ ਤਾਂ ਤੁਹਾਡਾ ਧੰਨਵਾਦ
ਜਿਨ੍ਹਾਂ ਨੇ ਇਹ ਖਬਰ ਚਲਾਈ ਤੇ ਸਾਡੇ ਧਿਆਨ ਚ ਆਇਆ। ਦੇਖੋ ਇਹ ਏਸੀ ਜਿਹੜੇ ਇੱਥੇ ਪਹਿਲਾਂ ਸਾਡੇ ਅਸੀਂ ਲਵਾਏ ਸੀ, ਉਦੋਂ ਅਸੀਂ NGO ਚਲਾਉਂਦੇ ਸੀਗੇ, ਉਦੋਂ ਲਵਾਏ ਸੀ। ਤੇ ਇਹ ਅੱਜ ਮੈਂ ਜਿਹੜੇ ਪੇਸ਼ੈਂਟਸ ਨਾਲ ਜਿੰਨਿਆਂ ਨਾਲ ਵੀ ਗੱਲ ਕੀਤੀ, ਉਹਨਾਂ ਨੇ ਡਾਕਟਰਸ ਬਾਰੇ, ਸਟਾਫ ਬਾਰੇ, ਐਡਮਿਨਿਸਟ੍ਰੇਸ਼ਨ ਬਾਰੇ ਬਹੁਤ ਪੋਜ਼ਿਟਿਵ ਕਿਹਾ, ਪੋਜ਼ਿਟਿਵ ਫੀਡਬੈਕ ਦਿੱਤਾ ਵੀ ਬਹੁਤ ਵਧੀਆ ਕੰਮ ਕਰਦੇ। ਠੀਕ ਹੈ ਜੀ ਗੱਲ ਇਹ? ਬਿਲਕੁਲ ਬਿਲਕੁਲ ਵਧੀਆ ਕੰਮ ਕਰਦੇ ਆ। ਹਾਂ, ਜਿਹੜੀ ਏਸੀ ਦੀ ਕਮੀ ਹੈ ਉਹ ਮੈਂ ਕੱਲ ਨੂੰ ਸ਼ੁਰੂ ਕਰਾ ਦੇਣਾ। ਕਾਫੀ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਨੇ, ਜਿਵੇਂ ਤੁਸੀਂ ਬਾਥਰੂਮ ਵੀ ਦੇਖਿਆ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ, ਤੁਸੀਂ ਗੇੜਾ ਮਾਰਦੇ ਹੋ, ਲੋਕ ਧੰਨਵਾਦ ਕਰ ਰਹੇ, ਲੇਕਿਨ ਉਹ ਸਮੱਸਿਆਵਾਂ ਕਦੋਂ ਤੱਕ ਦੂਰ ਹੋ ਜਾਣ ਸਵਾਲ ਹੈ। ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ? ਠੀਕ ਹੈ, ਕਿਵੇਂ ਇਲਾਜ? ਠੀਕ ਹੋ ਰਿਹਾ? ਇਲਾਜ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਇਲਾਜ ਦੀ ਗੱਲ ਕਰੀਏ, ਮਰੀਜ਼ ਆ ਜਿਹੜੇ ਤਸੱਲੀ ਕਰ ਰਹੇ ਨੇ, ਗਰਮੀ ਦੇ ਬਾਰੇ ਲੋਕ ਆ ਜਾਂਦੇ ਸੀ, ਉਹਨਾਂ ਦਾ ਬਾਥਰੂਮ ਦਾ ਬੜੇ ਮਾੜੇ ਹਾਲ ਸੀ, ਤੁਸੀਂ ਵੇਖੇ, ਉਹਨਾਂ ਦਾ ਵੀ ਡਾਕਟਰਾਂ ਨੂੰ ਕਿਹਾ ਗਿਆ? ਨਹੀਂ, ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਇਹਦਾ ਆਪਣੀ ਜ਼ਿੰਮੇਵਾਰੀ ਹੈ, ਕੋਈ ਇੱਕ ਡਾਕਟਰ ਵੀ ਮਤਲਬ ਉਦੋਂ ਪਾਈਪਾਂ ਹੀ ਲੱਗਣੀਆਂ, ਹੋਰ ਤਾਂ ਕੁਛ ਨਹੀਂ, ਜਾਂ ਬਟਨ ਦਾ ਠੀਕ ਕਰਾਉਣਾ, ਸੋ ਉਹ ਆਪਾਂ ਕਰਾ ਲਿਆ ਕਰਾਂ, ਡਾਕਟਰ ਹੋ ਜੂ ਕੱਲ ਨੂੰ। ਹਾਂਜੀ, ਠੀਕ। ਤੁਸੀਂ ਬੜਾ ਕੰਮ ਕੀਤਾ NGO ਚ, ਜੇ ਗੱਲ ਕਰੀਏ ਜਿਹੜੀ ਸੋਸਾਇਟੀ ਬਣੀ ਸੀ ਉਹਦੇ ਚੰਦ ਬਾਜਾ ਜੀ ਹੋਰੇ ਵੀ ਸੀ, ਤਾਂ ਉਦੋਂ ਦੇ ਕੰਮ ਕੀਤੇ ਹਜੇ ਤੱਕ ਚੱਲ ਰਹੇ ਨੇ, ਲੋਕ ਯਾਦ ਕਰਦੇ ਨੇ, ਤੇ ਲੱਗਦਾ ਵੀ ਹਜੇ ਤੱਕ ਉਹੀ ਕੰਮ ਨੇ, ਦੁਬਾਰਾ ਆਪਾਂ ਫਿਰ ਉਹ ਵੀ ਕਰਨੇ ਪੈਣੇ ਨੇ। ਦੇਖੋ ਇਹ ਨਾ ਕੰਟੀਨਿਊਸ ਪ੍ਰੋਸੈਸ ਹੈ, ਲੱਗਦੇ ਲੱਗੀ ਰਹਿਣਾ ਪੈਂਦਾ, ਬੜੀ ਵੱਡੀ ਹੈ ਤੇ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਹੈ ਤੇ ਆਪਾਂ ਸੇਵਾ ਕਰਾਂਗੇ, ਲੱਗੇ ਰਹਾਂਗੇ। ਔਰ ਮੈਂ ਤਾਂ ਮਤਲਬ ਇੱਕ ਗੱਲੋਂ ਮੈਨੂੰ ਤਸੱਲੀ ਹੈ ਕਿ ਜਿੰਨੇ ਪੇਸ਼ੈਂਟਸ ਨੂੰ ਮਿਲਿਆ, ਜਿੰਨੇ ਉਹਨਾਂ ਦੇ ਅਟੈਂਡੈਂਟਸ ਨੂੰ ਮਿਲਿਆ, ਉਹਨਾਂ ਨੇ ਡਾਕਟਰਸ ਬਾਰੇ, ਸਟਾਫ ਬਾਰੇ, ਐਡਮਿਨਿਸਟ੍ਰੇਸ਼ਨ ਬਾਰੇ ਬੜੀ ਪੋਜ਼ਿਟਿਵ ਫੀਡਬੈਕ ਦਿੱਤੀ ਹੈ। ਆਹ ਜਿਹੜੀ ਆ ਇਹ ਸਾਡੀ ਨਲਾਇਕੀ ਆ ਸਾਡੇ ਇੱਥੇ ਐਡਮਿਨਿਸਟ੍ਰੇਸ਼ਨ ਦੀ, ਵੀ ਇਹ ਬੰਦ ਪਏ ਆ ਜਿਹੜੇ AC। ਇਹ ਆਪਾਂ ਕੋਸ਼ਿਸ਼ ਕਰਦਾ, ਮੈਂ ਕੱਲ੍ਹ ਹੀ ਇਹਦੇ ਬਾਰੇ ਟੇਕਅਪ ਕਰਦਾ ਅਤੇ 2-4 ਦਿਨਾਂ 'ਚ ਇਹਨੂੰ ਲਵਾ ਦਿਆਂਗੇ, ਭਾਵੇਂ ਜੇਬ 'ਚੋਂ ਲਵਾਉਣੇ ਪੈਣ ਲਵਾ ਦਿਆਂਗੇ।